ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV84 ਦੇ ਨਾਲ। ਵਿਊਅਰਸ, ਪੰਜਾਬ ਸਰਕਾਰ ਦੇ ਸਿਰ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਇੱਕ ਪਾਸੇ ਬਾਦਲਾਂ ਦੀ ਓਬਿਟ ਬੱਸ ਸਰਵਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਕਰਨ ਤੋਂ ਬਾਅਦ ਉਸ ਨੂੰ, ਉਸ ਦੇ ਭਰਾ, ਉਸ ਦੀ ਮਾਂ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟਣ ਉਪਰੋਕਤ ਬੱਚੀ ਦੀ ਮੌਤ ਨੇ ਜਿਹੜਾ ਸਿਆਸੀ ਜਵਾਰ ਭਾਟਾ ਪੂਰੇ ਦੇਸ਼ ਅਤੇ ਪੰਜਾਬ ਦੇ ਵਿੱਚ ਉਠਾਇਆ, ਉਸਨੇ ਇੱਕ ਵਾਰੀ ਤਾਂ ਬਾਦਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੇ ਦੂਸਰੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਨੂੰ ਡਰੱਗ ਲਈ ਜ਼ਿੰਮੇਵਾਰ ਦੱਸਿਆ, ਕਿਉਂਕਿ ਇਹ ਡਰੱਗ ਦੋਸ਼ੀਆਂ ਦੇ ਖਿਲਾਫ 6 ਮਹੀਨੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰਦੇ, ਜਿਹੜੀ ਕਿ ਕਾਨੂੰਨੀ ਜ਼ਰੂਰਤ ਹੈ। ਇਸ ਲਈ ਇਹ ਡਰੱਗ ਡੀਲਰਸ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਖੁੱਲ੍ਹੇਆਮ ਪੰਜਾਬ ਦੀ ਜਵਾਈ ਨੂੰ ਤਬਾਹ ਕਰ ਰਹੇ ਹਨ। ਵਿਊਅਰਸ, ਅੱਜ ਅਸੀਂ ਇਹਨਾਂ ਦੋ ਮੁੱਦਿਆਂ ਅਤੇ ਸਿੱਖ ਕੈਦੀਆਂ ਦੇ ਕੇਸਿਸ ਦੀ ਅਪਡੇਟ ਸੰਬੰਧੀ ਗੱਲਬਾਤ ਕਰਦੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਸੂਤ ਸਿੰਘ ਬੈਠੇ ਹੋਏ ਨੇ, ਉਹਨਾਂ ਨੂੰ ਹਸਪਤਾਲ ਛੱਡ ਦਿੱਤਾ ਗਿਆ ਸੀ, ਆਪਣੇ ਘਰੇ ਬੈਠੇ ਹੋਏ ਨੇ। ਹਾਂਜੀ, ਤੇ ਉਹਦੇ ਸੰਬੰਧੀ ਉਹਨਾਂ ਨੇ ਮੀਟਿੰਗ 10 ਤਰੀਕ ਦੀ ਸੱਦੀ ਹੋਈ ਆ। ਬਾਕੀ ਜਿਹੜੀ ਰਿਹਾਈ ਦੇ ਸੰਬੰਧ ਚ ਕੋਈ ਪੰਜਾਬ ਸਰਕਾਰ ਗਾਹੇ ਗੁਆਏ ਗੱਲ ਕਹਿੰਦੀ ਰਹਿੰਦੀ ਵੀ ਅਸੀਂ ਕਰਨਾ ਚਾਹੁੰਦੇ ਆ ਜੀ, ਕੋਈ ਸੁਪਰੀਮ ਕੋਰਟ ਦਾ ਵਿੱਚ ਆਰਡਰ ਹੈਗਾ ਆ, ਉਹਦਾ ਸਾਰਾ ਉਹਨਾਂ ਦਾ ਪੋਲ ਖੁੱਲ ਗਿਆ ਜਦੋਂ ਪਿਛਲੇ ਮਹੀਨੇ ਭਾਈ ਸੁਵੇਗ ਸਿੰਘ ਜਿਹੜੇ 1995 ਤੋਂ ਕੇਂਦਰੀ ਜੇਲ੍ਹ ਲੁਧਿਆਣਾ ਚ ਬੰਦ ਆ, ਉਹਨਾਂ ਦੀ ਰਿਹਾਈ ਦਾ ਜਿਹੜਾ ਨਕਸ਼ਾ ਸੀਗਾ, ਜਿਹੜਾ ਰੂਲ ਕਹਿੰਦੇ ਆ, ਉਹਨਾਂ ਦੇ ਥੱਲੇ ਜਿਹੜੀ ਰਿਪੋਰਟ ਆ, ਉਹ ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨ ਤੇ SSP ਦੇ ਲੋਕਲ ਥਾਣੇ ਨੇ ਗਲਤ ਰਿਪੋਰਟ ਕਰਕੇ, ਭਾਵੇਂ ਕਿ ਉਹ ਲਗਭਗ 23 ਵਾਰ ਪਰੋਲ ਛੁੱਟੀ ਦੇ ਉੱਤੇ ਆ ਚੁੱਕੇ ਨੇ, ਪਰ ਉਹਨਾਂ ਦੀ ਉਹ ਜਿਹੜੀ ਰਿਪੋਰਟ ਗਲਤ ਕਰਤੀ, ਤੱਥਾਂ ਦੇ ਆਧਾਰ ਤੇ ਲਿਖ ਦਿੱਤੀਆਂ ਵਿੱਚ ਗਲਤ ਗੱਲਾਂ, ਵੀ ਇਹਦੇ ਬਾਅਦ ਉਹਨਾਂ ਅੱਤਵਾਦ ਆ ਸਕਦਾ, ਆਪਣੇ ਸਾਥੀਆਂ ਨੂੰ ਇਕੱਠੇ ਕਰ ਸਕਦਾ, ਜਾਂ ਇਹਦੀ ਹੱਕ ਦੇ ਵਿੱਚ ਕੋਈ ਜਿਹੜਾ ਹੈਗਾ ਉਹ ਪਿੰਡ ਦਾ ਮੋਹਤਵਾ ਸਾਹਮਣੇ ਨਹੀਂ ਆਇਆ, ਜਦਕਿ ਪੰਚਾਇਤਨਾਮਾ ਵਗੈਰਾ ਸਾਰਾ ਕੁਛ ਨਾਲ ਲੱਗਿਆ ਹੋਇਆ ਸੀ। ਉਹ ਇੱਕ ਤਾਂ ਰਿਹਾਈ ਸਿੱਖ ਬੰਦੀਆਂ ਦੀ ਰਿਹਾਈ ਵਾਸਤੇ ਪੰਜਾਬ ਸਰਕਾਰ ਹੱਕ ਦੇ ਵਿੱਚ ਤਾਂ ਕੀ ਜਾਣਾ, ਸਾਇਲੈਂਟ ਵੀ ਹੈ ਨੀ, ਉਲਟ ਦੇ ਉਲਟ ਭੁਗਤ ਰਹੀ ਆ ਗਲਤ ਰਿਪੋਰਟਾਂ ਕਰਕੇ, ਤੇ ਉਹਨਾਂ ਦੀਆਂ ਰਿਹਾਈਆਂ ਲਈ ਜਿਹੜਾ ਕੋਈ ਰਾਹ ਖੁੱਲ ਸਕਦਾ ਉਹ ਵੀ ਬੰਦ ਕੀਤਾ ਜਾ ਰਿਹਾ। ਸੋ ਇਹਦੇ ਤੇ ਤਾਂ ਮੈਂ ਸਮਝਦਾ ਵੀ ਸਿੱਖ ਬੰਦੀਆਂ ਦੀ ਰਿਹਾਈ ਵਾਸਤੇ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਬਿਲਕੁਲ ਵੀ ਉਹ ਜਿਹੜੀ ਆ ਉਲਟ ਵਿਰੋਧੀ ਜਿਹੜੀ ਆ ਭੂਮਿਕਾ ਨਿਭਾ ਰਹੀ ਆ, ਤੇ ਇਹ ਜੇ ਕਰੂਗੇ ਵੀ ਕਿਸੇ ਦੀ ਰਿਹਾਈ ਤਾਂ ਉਹ ਮੰਨ ਕੇ ਚੱਲੋ ਵੀ ਇਹਨਾਂ ਨੇ ਉਹਨੂੰ ਵੋਟ ਰਾਜਨੀਤੀ ਦੇ ਪੱਲੜੇ ਚ ਪਾ ਕੇ 2017 ਦੀਆਂ ਇਲੈਕਸ਼ਨਾਂ ਦੇ ਲਾਗੇ ਹੋ ਸਕਦਾ ਕਿਸੇ ਨਾ ਕਿਸੇ ਦੀ ਰਿਹਾਈ ਕਰਕੇ ਉਹਦਾ ਕ੍ਰੈਡਿਟ ਲੈ ਕੇ ਵੋਟ ਜਿਹੜੀ ਆ ਉਹ ਲੈਣ ਦਾ ਯਤਨ ਕੀਤਾ ਜਾਊਗਾ ਜੀ। ਜੀ ਬਿਲਕੁਲ। ਤੇ ਬਾਕੀ ਕਈ ਸਿੰਘਾਂ ਦੀ ਜਮਾਨਤ ਲੱਗੀ ਸੀ ਹਾਈ ਕੋਰਟ ਦੇ ਵਿੱਚ, ਬਾਬਾ ਦਰਸ਼ਨ ਸਿੰਘ ਮੁਕਾਰੋਂਪੁਰ ਦੇ ਜਗਮੋਹਨ ਸਿੰਘ ਉਹਨਾਂ ਦੀ ਜਮਾਨਤ ਜਿਹੜੀ ਆ ਉਹਨਾਂ ਨੂੰ ਕੈਦ ਹੋਈ ਸੀ 10 ਸਾਲ ਦੀ, ਉਹਨਾਂ ਨੇ ਕਰੀਬ 5 ਸਾਲ ਕੱਟ ਚੁੱਕੇ। ਆਮ ਤੌਰ ਤੇ ਸਾਢੇ ਕੁ 3 ਸਾਲ ਬਾਅਦ 3 ਸਾਲ ਬਾਅਦ ਕੈਦ ਦੀ 10 ਸਾਲ ਚੋਂ ਕੱਟਣ ਤੋਂ ਬਾਅਦ ਜਮਾਨਤ ਹੋ ਜਾਂਦੀ, ਉਹਨਾਂ ਦੀ ਜਮਾਨਤ ਕਮਿਸ਼ਨਰ ਸਿੰਘ ਮਲਕ ਜੱਜ ਨੇ ਖਾਰਜ ਕਰਕੇ ਤੇ ਜੁਲਾਈ ਦੇ ਵਿੱਚ ਉਹਨਾਂ ਦਾ ਜਿਹੜਾ ਕੇਸ ਹੀ ਸੁਣਵਾਈ ਤੇ ਲਾ ਦਿੱਤਾ। ਪਾਲ ਸਿੰਘ ਫਰਾਂਸ ਤੇ ਭਾਈ ਮੱਖਣ ਸਿੰਘ ਤੇ ਭਾਈ ਗੁਰਮੁਖ ਸਿੰਘ ਦੀ ਜਮਾਨਤ ਵੀ ਲੱਗੀ ਸੀ ਉਹਨਾਂ ਦੀ, ਹੁਣ 20 ਤਰੀਕ ਜਿਹੜੀ ਆ ਜਸਟਿਸ ਜਸਪਾਲ ਸਿੰਘ ਦੀ ਵਾਲੇ ਬੈਂਚ ਦੇ ਅੱਗੇ ਸੁਣਵਾਈ ਜਿਹੜੀ ਹੋਏਗੀ। ਉਹ ਜਿਹਨਾਂ ਦੀਆਂ ਛੁੱਟੀਆਂ ਪਰੋਲ ਸੀਗੀਆਂ, ਭਾਈ ਬਲਵੀਰ ਸਿੰਘ ਭੀਰੇ ਭੂਤਣੇ ਦੀਆਂ ਛੁੱਟੀ ਦੀ ਪਰੋਲ ਦੀ ਸੀ, ਉਹ ਵੀ DGP ਸੁਮੇਰ ਸੈਣੀ ਦੇ ਆਫਿਸ ਦੇ ਵਿੱਚ ਉਹ ਦੱਬੀ ਬੈਠਾ, ਤੇ ਉਹ ਜਿਹੜੀ ਆ ਪਰੋਲ ਜਿਹੜੀ ਕਿ ਇੱਕ ਹਰੇਕ ਕੈਦੀ ਦਾ ਰਾਈਟ ਹੈਗਾ ਉਹ ਵੀ ਜਿਹੜਾ ਦਿੱਤਾ ਨਹੀਂ ਜਾ ਰਿਹਾ। ਹਾਂਜੀ, ਸੋ ਵੀਰ ਜੀ, ਥੈਂਕ ਯੂ ਸੋ ਮਚ ਫਾਰ ਦੈਟ ਅਪਡੇਟ। ਇੱਕ ਪਾਸੇ ਸਾਰੇ ਜਿਹੜੇ ਸਿੱਖ ਸੰਘਰਸ਼ ਨਾਲ ਫਾਈਟ ਕਰ ਰਹੇ ਸਿੱਖ ਸਿਆਸੀ ਕੈਦੀ ਨੇ, ਇੱਕ ਤਰ੍ਹਾਂ ਕਿਸ ਤਰ੍ਹਾਂ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ ਇੱਕ ਪਾਸੇ ਜੇਲ੍ਹਾਂ ਦੇ ਵਿੱਚ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਨਵੀਂ ਖਬਰ ਸਾਹਮਣੇ ਆਈ ਹੈ, ਕਿਸੇ ਪੰਜਾਬ ਹਰਿਆਣਾ ਜੱਜ ਰਮੇਸ਼ਵਰ ਸਿੰਘ ਨੇ, ਮਲਿਕ ਨੇ ਕਿਹਾ ਹੈ ਕਿ ਜਿਹੜੇ ਡਰੱਗ ਡੀਲਰਸ ਨੇ ਉਹ ਬਿਨਾਂ ਕਿਸੇ ਗੱਲ ਤੋਂ ਛੁੱਟ ਜਾਂਦੇ ਨੇ ਜੇਲ੍ਹਾਂ ਦੇ ਵਿੱਚੋਂ, ਕੋਰਟਾਂ ਵਿੱਚੋਂ ਵੀ ਨਿਕਲ ਜਾਂਦੇ, ਕਿਉਂਕਿ ਪੰਜਾਬ ਸਰਕਾਰ ਟਾਈਮ 'ਤੇ ਉਹਨਾਂ ਦੇ ਚਲਾਨ ਨਹੀਂ ਕਰਦੀ, ਜਾਂ ਚਲਾਨ ਕਰਦੀ ਤਾਂ 6-6 ਮਹੀਨੇ ਤੋਂ ਬਾਅਦ ਤੱਕ ਉਹ ਸਰਕਾਰ ਨੂੰ ਨਹੀਂ ਦਿੰਦੀ ਹੈਗੀ, ਤਾਂ ਕਰਕੇ ਉਹ ਜੇਲ੍ਹਾਂ ਦੇ ਵਿੱਚੋਂ ਨਿਕਲ ਜਾਂਦੇ ਨੇ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿਹੜੀ ਇਹ ਜਿਹੜੀ ਮੈਂਡੇਟਰੀ ਪ੍ਰੋਵੀਜ਼ਨ ਹੈਗੀ ਆ ਜੀ, ਉਹ ਤਾਂ ਹਰੇ ਸਾਰਿਆਂ ਨੂੰ ਉਹਦਾ ਜਿਹੜਾ ਰਾਈਟ ਮਿਲਣਾ ਹੈਗਾ, ਤੇ ਇਹ ਗੱਲ ਕਹਿਣੀ ਕਿ ਉਹ ਨਿਕਲ ਜਾਂਦੇ ਨੇ, ਇਹਦੇ ਚ ਹੁਣ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਉਹਦੇ ਚ ਡਿਪਾਰਟਮੈਂਟਲ ਇਨਕੁਆਇਰੀ ਵੀ ਹੁੰਦੀ ਆ ਵੀ ਕਿਸੇ ਦੇ ਖਿਲਾਫ਼ ਜਿਹੜਾ
ਮੈਂਡੇਟਰੀ ਡੇਸ ਦੇ ਵਿੱਚ ਦੇਣਾ ਹੁੰਦਾ ਚਲਾਨ, ਆਮ ਕੇਸਾਂ ਦੇ ਵਿੱਚ 60 ਦਿਨ, 90 ਦਿਨ, 180 ਦਿਨ ਜਾਂ ਉਹਦੀ ਐਕਸਟੈਂਸ਼ਨ ਲਈ ਜਾਂਦੀ ਆ। ਸੋ ਇਹ ਤਾਂ ਸਪਸ਼ਟ ਹੀ ਆ ਵੀ ਜਿਹੜੇ ਜਿਹੜੇ ਥੱਲੇ ਫੜੇ ਵੀ ਜਾਂਦੇ ਨੇ, ਛੋਟੇ ਛੋਟੇ ਜਿਹੜੇ ਸਾਡੇ ਨੌਜਵਾਨ ਨਸ਼ਾ ਕਰਨ ਵਾਲੇ ਨੇ, ਜਿਹੜੇ ਨਸ਼ੇ ਦੀ ਆਦਤਾਂ ਦੇ ਵਿੱਚ ਲੱਗੇ ਨੇ, ਇੱਕ ਜਾਂ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਫੜਿਆ ਜਾਂਦਾ ਜਿਹੜੇ ਨਸ਼ਾ ਕਰਨ ਦੇ ਵਿੱਚ ਪਹਿਲਾਂ ਲਾ ਦਿੱਤੇ ਗਏ ਨੇ, ਫਿਰ ਉਹਨਾਂ ਨੂੰ ਫੜ ਫੜ ਕੇ ਜੇਲਾਂ ਭਰੀਆਂ ਜਾਂਦੀਆਂ। ਜਿਹੜੇ ਕੋਈ ਵੱਡੇ ਫੜੇ ਉਹ ਜਾਂਦੇ ਨੇ ਜਿਹਨਾਂ ਦੇ ਨਾਲ ਸਿਆਸੀ ਲੋਕਾਂ ਦੀ ਜਾਂ ਸੱਤਾਧਾਰੀ ਲੋਕਾਂ ਦੀ ਕੋਈ ਗੱਠਜੋੜ ਨਹੀਂ ਹੁੰਦਾ। ਜਿਹੜੇ ਵੱਡੇ ਸਮਗਲਰ ਉਹਨੂੰ ਫੜੇ ਜਾਂਦੇ ਨੇ ਜਦੋਂ ਉਹ ਮਹੀਨਾ ਜਾਂ ਹਫ਼ਤਾ ਦੇਣ ਤੋਂ ਇਨਕਾਰੀ ਹੋ ਜਾਂਦੇ ਨੇ, ਜਾਂ ਉਹਨਾਂ ਦਾ ਮਹੀਨਾ ਹਸਪਤਾਲ ਜਿਹੜਾ ਵਧਾਇਆ ਹੁੰਦਾ ਉਹ ਉਸ ਵਾਧੇ ਤੋਂ ਇਨਕਾਰੀ ਹੋ ਜਾਂਦੇ। ਅਦਰਵਾਈਜ਼ ਬੇਰੋਕ ਟੋਕ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਸ਼ਾ ਹਰ ਕਿਸਮ ਦਾ ਜਿਹੜਾ ਸਪਲਾਈ ਹੁੰਦਾ, ਜੇਲ੍ਹਾਂ ਦੇ ਵਿੱਚ ਹਰ ਕਿਸਮ ਦਾ ਨਸ਼ਾ ਸਪਲਾਈ ਹੁੰਦਾ, ਇਹਦੇ ਵਿੱਚ ਜੇਲ੍ਹ ਮੰਤਰੀ, ਜੇਲ੍ਹ ਸੁਪਰਡੈਂਟ, ਇਹ ਸਾਰੇ ਇਨਵੋਲਵ ਹੁੰਦੇ ਨੇ ਸਾਰੇ ਨੂੰ ਜਿਹੜਾ ਨਸ਼ਾ ਸਪਲਾਈ ਕਰਨ ਦੇ ਵਿੱਚ, ਪੈਸੇ ਵੀ ਲਏ ਜਾਂਦੇ ਨੇ ਨਸ਼ਾ ਦੇ। ਮੈਂ ਤਾਂ ਖੁਦ ਜੇਲ੍ਹ ਦੇ ਵਿੱਚ ਰਿਹਾ 1.5 ਸਾਲ, ਤੇ ਮੈਨੂੰ ਪਤਾ ਕਿਵੇਂ ਕਿਵੇਂ ਕਾਰੋਬਾਰ ਜਿਹੜਾ ਚੱਲਦਾ, ਪਰ ਉਹਦੇ ਉੱਤੇ ਸਾਰੇ ਉੱਤੇ ਪਰਦਾ ਪਾ ਕੇ ਤੇ ਜਿਹੜੀਆਂ ਇਹ, ਚਲੋ ਹਾਈ ਕੋਰਟ ਦੇ ਜੱਜ ਨੇ ਇਹ ਗੱਲ ਕਹੀ ਆ, ਪਰ ਦੂਜੇ ਪਾਸੇ ਜਦੋਂ ਵੱਡਿਆਂ ਲੋਕਾਂ ਦਾ ਨਾਂ ਆਉਂਦਾ ਉੱਥੇ ਹਾਈ ਕੋਰਟ ਜਿਹੜੀ ਆ ਉਹ ਸਾਇਲੈਂਟ ਹੋ ਜਾਂਦੀ ਆ। ਆਰਬਿਟ ਬੱਸ ਦੇ ਚੱਕਰ ਦੇ ਵਿੱਚ ਵੀ ਪਹਿਲਾਂ ਸੂਹੋ ਮੁੰਡੋ ਨੋਟਿਸ ਲੈ ਲਿਆ ਹਾਈ ਕੋਰਟ ਨੇ, ਤੇ ਮੁੜ ਕੇ ਫਿਰ ਦੁਆਰੇ ਉਹ ਬੈਂਚ ਭੱਜ ਗਿਆ ਵੀ ਅਸੀਂ ਨੀ ਇਹਦੇ ਤੇ ਸੁਣਵਾਈ ਕਰ ਸਕਦੇ, ਹੋਰ ਬੈਂਚ ਦੇਖੇ। ਹੋਰ ਬੈਂਚ ਵੀ ਸਾਰੇ ਜਿਹੜੇ ਆ ਇਹ ਇਹਨਾਂ ਨੇ ਹੁਣ ਵੈਸੇ ਬੀਜੇਪੀ ਗੌਰਮੈਂਟ ਨੇ ਜੱਜਾਂ ਦੀਆਂ ਨਿਯੁਕਤੀਆਂ ਜਿਹੜੀਆਂ ਉਹ ਪਿਛਲਾ ਸਿਸਟਮ ਖਤਮ ਕਰਕੇ ਫਿਰ ਸਿਆਸੀ ਲੋਕਾਂ ਦੀ ਦਖਲਦਾਰੀ ਜਿਹੜੀਆਂ ਹੋਣਗੀਆਂ, ਜਿਹੜੇ ਫਿਰ ਜੱਜ ਇਹਨਾਂ ਦੇ ਵਿਸ਼ਵਾਸ ਦੇ ਪਾਤਰ ਹੋਣਗੇ, ਉਹਨਾਂ ਦੀਆਂ ਤਰੱਕੀਆਂ ਹੋ ਕੇ ਜਾਂ ਉਹੀ ਵਕੀਲ ਥੱਲੜੇ ਹਾਈ ਕੋਰਟ ਦੇ ਜਿਹਨਾਂ ਦੀ 10 ਸਾਲ ਦੀ ਪ੍ਰੈਕਟਿਸ, ਉਹੀ ਜੱਜ ਬਣਨਗੇ, ਤੇ ਫਿਰ ਉਹਨਾਂ ਦੇ ਵਿੱਚੋਂ ਕੋਈ ਹੁਣ ਆਸ ਰੱਖਣੀ। ਜਾਂ ਪਿਛਲੇ ਦਿਨ ਸੁਪਰੀਮ ਕੋਰਟ ਨੇ ਸਲਸਿਆ ਦੇ ਸਾਧ ਨੂੰ 2004 ਦੇ ਰੇਪ ਦੇ ਕੇਸ ਦੇ ਵਿੱਚ ਜਿਹੜੀ ਆ ਉਹ ਰਾਹਤ ਦਿੰਦੇ ਆ, ਉਹਨੂੰ ਕਿਹਾ ਵੀ ਨਹੀਂ ਜਿੰਨੀ ਮਰਜ਼ੀ ਡਿਫੈਂਸ ਕਰਾ ਲਵੇ ਇਹ, ਇੱਕ ਪਾਸੇ ਤਾਂ 6-6 ਮਹੀਨਿਆਂ ਚ ਕੇਸ ਨਿਬੇੜੇ ਗਏ, ਇੱਕ 2004 ਤੋਂ ਪਿਛਲੇ 11 ਸਾਲਾਂ ਤੋਂ ਕੇਸ ਲਮਕਾਇਆ ਜਾ ਰਿਹਾ, ਸੁਪਰੀਮ ਕੋਰਟ ਉਹਨੂੰ ਰਾਹਤ ਦਿੰਦੀ ਆ। ਸੋ ਇਹ ਜਿਹੜਾ ਏਦਾਂ ਦੀ ਗੱਲ ਕਰਨੀ, ਇਹ ਤਾਂ ਇੱਕ ਸਾਹਮਣੇ ਆ ਗਈ ਗੱਲ ਵੀ ਉਹਨੇ ਗੱਲ ਕਹਿਤੀ, ਉਹਦੇ ਵਾਸਤੇ ਜਿਹੜਾ ਜਿਹੜਾ ਗੱਠਜੋੜ ਹੈਗਾ ਸਿਆਸੀ ਤੇ ਪੁਲਿਸ ਦਾ ਤੇ ਈਵਨ ਜੁਡੀਸ਼ਰੀ ਦਾ ਵੀ ਵਿੱਚ ਹੈਗਾ, ਉਹ ਤੋੜਨਾ ਜਿਹੜਾ ਜਿਹੜਾ ਜ਼ਿਆਦਾ ਜ਼ਰੂਰੀ ਹੈਗਾ। ਐਵੇਂ ਸੋਚਿਆ ਲੋਕਾਂ ਨੂੰ ਜੇ ਜ਼ਮਾਨਤ ਮਿਲ ਗਈ ਕਿਸੇ ਨੂੰ ਮੈਂਡੇਟਰੀ ਪ੍ਰੋਵੀਜ਼ਨ ਦੀ ਵਾਇਓਲੇਸ਼ਨ ਤੋਂ ਬਾਅਦ, ਉਹਦੇ ਉੱਤੇ ਸਖਤੀਆਂ ਕਰਨੀਆਂ ਜਾਂ ਉਹ ਜਿਹੜੇ ਆ ਜਿਹੜੀ ਪ੍ਰੋਵੀਜ਼ਨ ਆ ਉਹ ਵਧਾ ਦੇਣੀ ਵੀ ਨਹੀਂ ਜੀ 180 ਦੇਣੀ ਹੋਣੇ ਚਾਹੀਦੇ, 300 ਦਿਨ ਕਰ ਲਓ ਜਾਂ ਸਾਲ ਕਰ ਦਿਓ। ਇਨਵੈਸਟੀਗੇਸ਼ਨ ਤਾਂ 10 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਂਦੀ ਆ, ਸਿਰਫ ਪੁਲਿਸ ਪੈਸੇ ਦੇ ਲੈ ਦੇਣ ਦੇ ਨਾਲ ਕਈ ਜਗ੍ਹਾ ਦੇ ਉੱਤੇ ਪੁਲਿਸ ਦੇ ਇੰਨਾ ਲੋਡ ਹੈਗਾ ਕੰਮ ਦਾ, ਉਹਨਾਂ ਨੂੰ ਹੋਰ ਪਾਸੇ ਵੀ ਆਈ ਪੀ ਡਿਊਟੀ ਬਿਜੀ ਹੋ ਜਾਂਦੇ, ਉਹ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਪਾਉਂਦੀ। ਸੋ ਇਹਦੇ ਬਹੁਤ ਸਾਰੇ ਪੱਖ ਨੇ, ਇਹਨੂੰ ਇੱਕੋ ਨਜ਼ਰ ਤੇ ਨਹੀਂ ਦੇਖਿਆ ਜਾਣਾ ਚਾਹੀਦਾ ਵੀ ਹਾਈ ਕੋਰਟ ਨੇ ਇਹ ਗੱਲ ਕਹਿਤੀ। ਇਸੇ ਰਮੇਸ਼ਵਰ ਸਿੰਘ ਮਲਕ ਜੱਜ ਨੇ ਭਾਈ ਦਰਸ਼ਨ ਸਿੰਘ ਮਕਾਰੋਂਪੁਰ ਤੇ ਭਾਈ ਜਗਮੋਹਨ ਸਿੰਘ ਦੀ ਬੇਲ ਐਪਲੀਕੇਸ਼ਨ ਖਾਰਜ ਕੀਤੀ, ਹੋਰ ਕੋਈ ਕੇਸ ਹੋਰ ਨਾ ਹੋਣ ਦੇ ਬਾਵਜੂਦ ਪਿਛਲੀਆਂ ਅਪੀਲਾਂ ਕੇਸਾਂ ਦੀਆਂ ਜਿਹੜੀਆਂ 8-8 ਸਾਲ ਤੋਂ ਪੈਂਡਿੰਗ ਪਈਆਂ ਨੇ ਉਹਨਾਂ ਦੀ ਸੁਣਵਾਈ ਨੀ ਹੋ ਰਹੀ, ਜਿਹੜੀ ਫਰੈਸ਼ ਅਪੀਲ ਆ 2010 ਦੀ 2011 ਦੀ ਉਹਨਾਂ ਦੇ ਉੱਤੇ ਸੁਣਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ, ਤੇ ਇਹ ਦੋਹਰੇ ਮਾਪਦੰਡ ਵੀ ਜਿਹੜੇ ਜੁਡੀਸ਼ਰੀ ਦੇ ਵੀ ਹੈਗੇ ਆ, ਜਿੱਥੇ ਉਹਨਾਂ ਦਾ ਆਪਣੇ ਹਿੱਤ ਨਹੀਂ ਪੂਰੇ ਜਾਂਦੇ ਉੱਥੇ ਉਹ ਫੈਸਲਾ ਦਿੰਦੇ, ਕੋਈ ਹਾਰਡ ਐਂਡ ਫਾਸਟ ਰੂਲ ਨੀ ਹੈਗਾ, ਇਹ ਡਿਸਕ੍ਰੀਸ਼ਨ ਆ ਜਿਹੜੀ ਆ ਇਹ ਜੱਜਾਂ ਦੀ ਇਹ ਦੇਖਣ ਨੂੰ ਮਿਲਦੀ ਆ ਕੋਰਟਾਂ ਦੇ ਵਿੱਚ। ਇਹ ਗੱਲ ਚਲੋ ਇਹਦਾ ਹੈਗਾ ਵੀ ਸਮਗਲਰਾਂ ਨੂੰ ਫਾਇਦਾ ਹੁੰਦਾ, ਫਾਇਦਾ ਪਹੁੰਚਾਉਂਦਾ ਕੌਣ ਆ, ਪੁਲਿਸ ਪਹੁੰਚਾਉਂਦੀ ਆ ਸਿਆਸੀ ਲੋਕਾਂ ਦੇ ਜਦੋਂ ਉਹਨਾਂ ਦੀ ਸੈਟਿੰਗ ਹੋ ਜਾਂਦੀ ਆ, ਫਿਰ ਪੁਲਿਸ ਚਲਾਨ ਨੀ ਦਿੰਦੀ, ਤੇ ਉਹ ਜੋ ਐਜ ਪਰ ਰੂਲ ਐਜ ਪਰ CRPC ਪ੍ਰੋਵੀਜ਼ਨ ਹੈਗੀ ਉਹਦਾ ਰਾਈਟ ਆ। ਮੈਂ ਤਾਂ ਇਹ ਸਮਝਦਾ ਵੀ ਉਹਦਾ ਰਾਈਟ ਆ, ਉਹਨੂੰ ਮਿਲਣਾ ਚਾਹੀਦਾ, ਜੇ ਉਹਨੂੰ 180 ਦਿਨਾਂ ਚ ਚਲਾਨ ਨਹੀਂ ਆਇਆ, ਭਾਵੇਂ ਉਹਨੇ ਪੈਸੇ ਦੇ ਕੇ ਚਲਾਨ ਨੀ ਆਉਂਦੇ ਤਾਂ ਭਾਵੇਂ ਸਿਆਸੀ ਸਰਪ੍ਰਸਤੀ ਚ ਨੀ ਚਲਾਨ ਦਿੱਤਾ, ਉਹਨੂੰ ਉਹਦਾ ਉਹ ਰਾਈਟ ਜਿਹੜਾ ਮਿਲਣ ਦਾ ਹੱਕ ਹੈਗਾ ਸਾਰਿਆਂ ਦੇ। ਕਾਨੂੰਨ ਜਦੋਂ ਅਸੀਂ ਰੂਲ ਆਫ ਲਾ ਜਾਂ ਕੁਆਲਿਟੀ ਬਿਫੋਰ ਲਾ ਦੀ ਗੱਲ ਕਰਦੇ ਹਾਂ, ਤੇ ਸਮਗਲਰਾਂ ਵਾਸਤੇ ਵੀ ਜਿਹੜਾ ਕੁਆਲਿਟੀ ਬਿਫੋਰ ਲਾ ਹੀ ਹੋਣਾ ਚਾਹੀਦਾ। ਹਾਈ ਕੋਰਟ ਨੇ ਇਹ ਗੱਲ ਕਰਕੇ ਗਲਤ ਗੱਲ ਕੀਤੀ ਹੈ ਵੀ ਚਲਾਨ, ਠੀਕ ਹੈ ਡਿਪਾਰਟਮੈਂਟਲ ਇਨਕੁਆਇਰੀ ਕਰੋ ਤੁਸੀਂ ਜਿਹੜੇ ਪੁਲਿਸ ਵਾਲੇ ਚਲਾਨ ਨਹੀਂ ਦਿੰਦੇ ਜਾਂ ਜਿਹਨਾਂ ਦੇ ਪਿੱਛੇ ਸਿਆਸੀ ਸਰਪ੍ਰਸਤੀ ਹੈਗੀ ਹੈ, ਪਰ ਇਸ ਤਰ੍ਹਾਂ ਤੁਸੀਂ ਹਾਈ ਕੋਰਟ ਨੂੰ ਕੋਈ ਰਾਈਟ ਨਹੀਂ ਹੈਗਾ ਵੀ CRPC ਦੀਆਂ ਜਿਹੜੀਆਂ ਪ੍ਰੋਵੀਜ਼ਨਾਂ ਉਹਦੇ ਖਿਲਾਫ ਕੋਈ ਬਿਆਨਬਾਜ਼ੀ ਕਰੇ ਜਾਂ ਉਹਦੇ ਖਿਲਾਫ ਕੋਈ ਆਰਡਰ ਦੇਵੇ। ਮੈਂ ਸਮਝਦਾ ਰਾਜੇਸ਼ਵਰ ਸਿੰਘ ਮਲਕ ਨੇ ਇਹ ਗੱਲ ਤਾਂ ਕੀਤੀ ਹੈ, ਪਰ ਉਹਦੇ ਹੱਥ ਹੈ ਨੀਗਾ ਉਹਨੂੰ ਕੋਈ ਵਧਾਉਣ ਲਈ, ਇਹ ਐਗਜੈਕਟਿਵ ਜਾਂ ਪਾਰਲੀਮੈਂਟ ਦੇ ਵਿੱਚ ਸੋਧਾਂ
ਨਾਬਾਲਗ ਲੜਕੀ ਦੇ ਨਾਲ ਪਹਿਲਾਂ ਛੇੜਛਾੜੀ ਕੀਤੀ ਗਈ, ਫਿਰ ਉਸਨੂੰ ਉਸਦੇ ਭਰਾ ਨੂੰ ਤੇ ਉਸਦੀ ਮਾਂ ਨੂੰ ਕਿਸ ਤਰ੍ਹਾਂ ਬੱਸ ਚੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਵਿੱਚ ਬੱਚੀ ਦੀ ਇਕਦਮ ਟਾਈਮ ਦੇ ਉੱਪਰ ਹੀ ਮੌਤ ਹੋ ਗਈ ਹੈ। ਇਸ ਨੂੰ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਬਿਲਕੁਲ ਡਾਵਾਂਡੋਲ ਆ, ਖਰਾਬ ਹੋ ਚੁੱਕੀ ਹੈ ਜੀ। ਤੇ ਸਾਰੇ ਪਾਸੇ ਗੁੰਡਿਆਂ ਦਾ ਰਾਜ ਜਿਹੜਾ ਕਾਇਮ ਹੋਇਆ ਹੋਇਆ, ਪੁਲਿਸ ਵੀ ਕਈ ਥਾਂ ਦੇ ਉੱਤੇ ਮਜਬੂਰ ਆ, ਕਈ ਥਾਵਾਂ ਦੇ ਉੱਤੇ ਪੁਲਿਸ ਹੀ ਗੁੰਡੇ ਬਣੇ ਹੋਏ ਨੇ ਪੁਲਿਸ ਵਾਲੇ। ਪਟਿਆਲਾ ਪੁਲਿਸ ਦਾ ਇੱਕ ਬੰਦਾ ਲੁੱਟਾਂ ਖੋਹਾਂ ਦੇ 70 ਕੇਸਾਂ ਦੇ ਵਿੱਚ ਇਨਵੋਲਵ ਸੀਗਾ। ਪਿੱਛੇ ਮੋਗੇ ਲਾਗੇ ਇੱਕ ਨਸ਼ੇ ਘਰ ਦੇ ਥਾਣਾ ਹੀ ਸਾਰਾ ਫੜਿਆ ਸੀ ਨਸ਼ਾ ਵੇਚਦਾ, ਉਹਨਾਂ ਦੀ ਸਾਰੀ ਜਿਹੜੀ ਇਨਕੁਆਰੀ ਜਿਹੜੀ ਆ ਉਹਨਾਂ ਨੂੰ ਕਰਕੇ ਕੱਢ ਦਿੱਤਾ ਗਿਆ, ਜਾਂ ਪੁਲਿਸ ਵਾਲੇ ਨਸ਼ਾ ਕਰਦੇ ਫੜੇ ਗਏ। ਇਹ ਸਾਰੇ ਪਾਸੇ ਜਿਹੜੀ ਸ਼ਹਿ ਆ ਇਹਦੇ ਵਿੱਚ, ਇਹਨਾਂ ਗੱਲਾਂ ਦੇ ਵਿੱਚ ਸ਼ਹਿ ਨੂੰ ਜਾਂ ਸਾਜਿਸ਼ ਨੂੰ ਜਾਂ ਸ਼ਹਿ ਨੂੰ ਪ੍ਰੂਵ ਤਾਂ ਨਹੀਂ ਕੀਤਾ ਜਾ ਸਕਦਾ, ਪਰ ਪੰਜਾਬ ਦੇ ਲੋਕ ਸਮਝਦੇ ਸੀ ਇਹਦੇ ਪਿੱਛੇ ਸੱਤਾਧਾਰੀ ਲੋਕ ਜਿਹੜੇ ਨੇ ਉਹ ਸਾਰੇ ਇਨਵੋਲਵ ਨੇ ਸੁਖਬੀਰ ਬਾਦਲ ਦੇ ਕੋਲ, ਕਿਉਂਕਿ ਹੋਮ ਮਿਨਿਸਟਰੀ ਆ, ਗ੍ਰਹਿ ਮੰਤਰਾਲਾ, ਪੁਲਿਸ ਸਾਰੀ ਉਹਦੇ ਅੰਡਰ ਆ, ਸੁਨੀਲ ਸੈਣੀ ਤੇ ਸੁਖਬੀਰ ਬਾਦਲ ਰਲ ਕੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ। ਜਿੱਥੋਂ ਤੱਕ ਬੱਸ ਵਾਲਾ ਮਸਲਾ ਹੈਗਾ, ਇਹਨਾਂ ਦੀਆਂ ਬੱਸਾਂ ਦੇ ਵਿੱਚ ਡਰਾਈਵਰ ਕੰਡਕਟਰ ਹੈ ਹੀ ਨੀ, ਗੁੰਡਾ ਅਨਸਰ ਹੀ ਨੇ ਜਿਹੜੇ ਲੋਕਾਂ ਦਾ ਮਿਸਬਿਹੇਵ ਦੀਆਂ। ਉਹ ਇੱਕ ਘਟਨਾ ਹੋਈ ਦਿੱਲੀ ਦੀਆਂ ਇਹ ਪ੍ਰਾਈਵੇਟ ਬੱਸਾਂ ਵਾਲਿਆਂ ਦੀਆਂ, ਖਾਸ ਤੌਰ ਤੇ ਜਿਹੜੇ ਸਿਆਸੀ ਲੋਕਾਂ ਦੀਆਂ ਟਰਾਂਸਪੋਰਟ ਆਈਆਂ ਉਹਨਾਂ ਵਿੱਚ ਗੁੰਡਾਗਰਦੀ ਚੱਲਦੀ ਹੈ। ਲੋਕਾਂ ਨੂੰ ਪਹਿਲਾਂ ਜਿੱਥੋਂ ਮਰਜ਼ੀ ਚੜਾ ਲੈਂਦੇ ਨੇ, ਫਿਰ ਜਿੱਥੇ ਅਗਲੇ ਨੂੰ ਉਤਰਨਾ ਹੁੰਦਾ ਉੱਥੋਂ ਅੱਗੇ ਪਿੱਛੇ ਕਿਲੋਮੀਟਰ ਧੱਕੇ ਦੇ ਕੇ ਤਾਰਦੇ ਨੇ। ਤੁਸੀਂ ਕਿਸੇ ਵੀ ਅੱਡੇ ਤੇ ਜਾਂ ਕਿਸੇ ਚੌਂਕ 'ਚ ਨਿੱਤ ਦੀਆਂ ਇਹ ਘਟਨਾਵਾਂ ਦੇਖ ਸਕਦੇ ਨੇ, ਕਿਉਂਕਿ ਅਗਲਿਆਂ ਨੂੰ ਪਤਾ ਸਾਡਾ ਮਾਲਕ ਸੁਖਬੀਰ ਬਾਦਲ ਪੰਜਾਬ ਦਾ ਰਾਜਾ, ਸਾਨੂੰ ਕੀ ਲੋੜ ਪਈ ਕਿਸੇ ਤੋਂ ਡਰਨ ਦੀ, ਕਿਉਂਕਿ ਉਹਨਾਂ ਨੇ ਖੁੱਲੀਆਂ ਲਗਾਮਾਂ ਦਿੱਤੀਆਂ ਹੋਈਆਂ ਨੇ ਸਰਕਾਰੀ ਬੱਸਾਂ ਨੂੰ, ਅੱਗੇ ਪਿੱਛੇ ਬੱਸਾਂ ਲਾ ਕੇ ਸਾਰਾ ਉਹਨਾਂ ਦਾ ਸਰਕਾਰ ਦਾ ਖਜ਼ਾਨਾ ਆਪਣੀ ਜੇਬ ਚ ਖੜਿਆ ਜਾ ਰਿਹਾ। ਸੋ ਇਹ ਗੁੰਡਿਆਂ ਦਾ ਪੰਜਾਬ ਦੇ ਵਿੱਚ ਰਾਜ ਆ, ਗੁੰਡਿਆਂ ਦੀ ਜਿਹੜੀ ਸਰਕਾਰ ਆ, ਅਮਨ ਕਾਨੂੰਨ ਦੀ ਸਥਿਤੀ ਦਾ ਜਿਹੜਾ ਬਿਲਕੁਲ ਬਦਹਾਲ ਹੋ ਚੁੱਕਾ, ਇਹਦਾ ਕੋਈ ਹੁਣ ਅਕਾਲ ਪੁਰਖ ਪਰਮਾਤਮਾ ਆਪ ਹੀ ਆਖਾ ਜੀ। ਜੀ ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਦੋ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਲਸੋ ਪੋਲੀਟੀਕਲ ਕੈਦੀਆਂ ਦੇ ਕੇਸਿਸ ਬਾਰੇ ਵੀ ਸਾਨੂੰ ਅਪਡੇਟ ਦਿੱਤੀ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਨੂੰ ਕਿੱਥੇ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਕੀਪ ਵਾਚਿੰਗ ਨਿਊਜ਼ TV84, ਵਿਲ ਬੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ।